ਇੱਥੇ ਸੁਣਨ 'ਚ ਆਇਆ ਕਿ ਇਹਨਾਂ ਨੇ ਸੀਐਨਜੀ ਪਾਈਪ ਪਾਣੀ ਆ ਔਰ ਇਸ ਰੋਡ ਨੂੰ ਡਬਲ ਕਰਨਾ ਆ, ਜਦਕਿ ਇਹ ਪਹਿਲਾਂ ਹੀ 4 ਲਾਈਨ ਹੈਗਾ ਆ। ਦਿੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੇੜ ਵੱਢ ਦਿੱਤਾ ਗਿਆ ਆ। ਸਾਡੇ ਜਿਹੜੇ ਦਰਖਤ ਵੱਢੇ ਆ ਇਹਨਾਂ ਵਿੱਚੋਂ ਖੂਨ ਨਿਕਲਦਾ ਹੁੰਦਾ ਜਾਂ ਜਿੰਨਾ ਪੰਜਾਬ ਦੇ ਵਿੱਚ ਪਾਣੀ ਵੇਸਟ ਕੀਤਾ ਜਾਂਦਾ ਆ ਉਹ ਬੋਲਦੇ ਹੁੰਦੇ ਤਾਂ ਇੱਥੇ ਰੋਜ਼ ਰੁਧਾਵਲੀ ਹੋਣੀ ਸੀ। ਪਾਣੀ ਬੋਲ ਨਹੀਂ ਸਕਦਾ, ਸਾਨੂੰ ਪੇੜਾਂ ਵਿੱਚੋਂ ਜਦੋਂ ਆਪਾਂ ਕੱਢਦੇ ਇਹਨਾਂ 'ਚ ਖੂਨ ਨਿਕਲਦਾ ਹੋਇਆ ਦੇਖਦਾ ਨਹੀਂ ਹੈਗਾ, ਜਿਹਦੇ ਕਰਕੇ ਸਾਨੂੰ ਇਹਨਾਂ ਦੀ ਫੀਲਿੰਗਸ ਸਮਝ ਨਹੀਂ ਆਉਂਦੀ ਹੈਗੀ। ਮੇਰੇ ਦਾਦੇ ਪੜਦਾਦਿਆਂ ਨੇ ਮੇਰੇ ਮਾਪਿਆਂ ਨੂੰ ਇੱਕ ਸ਼ੁੱਧ ਹਵਾ ਦਿੱਤੀ, ਸ਼ੁੱਧ ਪਾਣੀ ਦਿੱਤਾ, ਸ਼ੁੱਧ ਕੁਦਰਤ ਦਿੱਤੀ ਪੰਜਾਬ ਦੇ ਵਿੱਚ, ਪਰ ਸਾਡੇ ਮਾਪਿਆਂ ਨੇ ਉਹਨਾਂ ਨੂੰ ਸੰਭਾਲ ਲਿਆ ਨਹੀਂ, ਸਾਰਾ ਬਰਬਾਦ ਕਰ ਛੱਡਿਆ। ਇਸ ਕਰਕੇ ਹੀ ਇੱਥੇ ਖੜ੍ਹੇ ਆ ਕਿ ਆਉਣ ਵਾਲੀ ਜਨਰੇਸ਼ਨ ਸਾਨੂੰ ਨਾ ਕੋਸੇ ਕਿ ਤੁਸੀਂ ਸਾਡੇ ਵਾਸਤੇ ਕੀ ਬਚਾ ਕੇ ਰੱਖਿਆ। ਹੈ ਨਾ, ਸਾਂਝਾ ਮੁੱਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਇਸ ਵੇਲੇ ਅਸੀਂ ਖੜ੍ਹੇ ਹਾਂ ਕਪੂਰਥਲਾ ਹਾਈਵੇ 'ਤੇ ਜਿੱਥੇ ਕਿ ਰੁੱਖਾਂ ਦਾ ਘਾਣ ਹੋ ਰਿਹਾ, ਔਰ ਉਸ ਘਾਣ ਨੂੰ ਰੋਕਣ ਲਈ ਸਾਡੇ ਨਾਲ ਇੱਥੇ ਕੁਛ ਲੋਕ ਮੌਜੂਦ ਨੇ, ਸਟੂਡੈਂਟ ਨੇ ਇਹ, ਔਰ ਲਗਾਤਾਰ ਜਿਹੜਾ ਹੈਗਾ 25 ਦਿਨਾਂ ਤੋਂ ਪ੍ਰੋਟੈਸਟ ਕਰ ਰਹੇ ਨੇ। ਇਹਨਾਂ ਦੇ ਨਾਲ ਕੁਛ ਹੋਰ ਲੋਕ ਵੀ ਨੇ ਜਿਨ੍ਹਾਂ ਨੂੰ ਤੁਸੀਂ ਪਿੱਛੇ ਦੇਖ ਪਾ ਰਹੇ ਹੋ, ਜੋ ਕਿ ਲਗਾਤਾਰ ਇੱਥੇ ਆਉਂਦੀ ਜਾਂਦੀ ਰਾਹਗੀਰਾਂ ਨੂੰ ਜਿਹੜਾ ਹੈਗਾ ਇੱਕ ਸੁਨੇਹਾ ਦੇ ਰਹੇ ਨੇ ਕਿ ਇਹ ਜਿਹੜੇ ਰੁੱਖ ਕੱਟੇ ਜਾ ਰਹੇ ਨੇ ਇਸ ਵੇਲੇ ਇਹਨਾਂ ਨੂੰ ਬਚਾਇਆ ਜਾਵੇ। ਬਚਾਉਣ ਦਾ ਕਾਰਨ ਕੀ ਹੈ ਜਾਣਦੇ ਹਾਂ ਇਹਨਾਂ ਤੋਂ। ਅੱਛਾ ਭਾਅ ਜੀ, ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਲਗਭਗ 25 ਦਿਨ ਹੋ ਚੱਲੇ ਨੇ, ਕੀ ਕਾਰਨ ਕੀ ਹੈਗਾ ਜੀ? ਮੈਂ ਕਪੂਰਥਲਾ ਤੋਂ ਹਾਂ ਅਤੇ ਜਲੰਧਰ ਔਰ ਕਪੂਰਥਲਾ ਦੇ ਵਿੱਚ ਜਿਹੜੇ ਪੇੜ ਹੈਗੇ ਆ ਕੱਟੇ ਜਾ ਰਹੇ ਡਿਵੈਲਪਮੈਂਟ ਦੇ ਨਾਮ ਦੇ ਉੱਤੇ, ਇੱਥੇ ਸੁਣਨ 'ਚ ਆਇਆ ਕਿ ਇਹਨਾਂ ਨੇ ਸੀਐਨਜੀ ਪਾਈਪ ਪਾਣੀ ਆ ਔਰ ਇਸ ਰੋਡ ਨੂੰ ਡਬਲ ਕਰਨਾ ਆ, ਜਦਕਿ ਇਹ ਪਹਿਲਾਂ ਹੀ 4 ਲਾਈਨ ਹੈਗਾ ਆ। ਔਰ ਇਸ ਜਿਹੜਾ ਹੈਗਾ ਆ ਜਲੰਧਰ ਔਰ ਕਪੂਰਥਲੇ ਦਾ ਜਿਹੜਾ ਹੈਗਾ ਆ ਏਰੀਆ ਆ, ਇਹਦੇ ਵਿੱਚ ਪੇੜ ਇੰਨਾ ਕੁ ਜ਼ਿਆਦਾ ਸੀਗਾ ਕਿ ਇੱਕ ਕੇਵ ਬਣੀ ਹੋਈ ਸੀਗੀ। ਸਾਨੂੰ ਬਾਹਰੋਂ ਵੀ ਲੋਕ ਆ ਕੇ ਦੂਸਰੇ ਸ਼ਹਿਰਾਂ ਦੇ ਵੀ ਆ ਕੇ ਕਹਿੰਦੇ ਸੀਗੇ ਤੁਹਾਡੇ ਸ਼ਹਿਰ ਵੱਲ ਆਉਂਦੇ ਬਹੁਤ ਸਾਨੂੰ ਸੋਹਣਾ ਲੱਗਦਾ ਆ। ਇਹਦੇ 'ਚ ਕੁਛ ਕੁਦਰਤੀ ਸਾਡੇ ਪੇੜ ਸੀਗੇ, ਸੁਹਾਂਜਣਾ ਹੋ ਗਿਆ, ਨਿੰਮ ਹੋ ਗਈ, ਜਾਂ ਫਿਰ ਲਾ ਲਓ ਤੁਸੀਂ ਤਰੇ ਕਿੱਕਰ ਹੋ ਗਈ, ਕੁਛ ਇੱਦਾਂ ਦੇ ਸੀਗੇ, ਇਹ ਸਾਰੇ ਇਹਨਾਂ ਨੇ ਕੱਟ ਦਿੱਤੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੇੜ ਵੱਢ ਦਿੱਤਾ ਗਿਆ ਆ। ਜੇ ਮੈਂ ਸੋਚਦਾ ਸੀਗਾ ਮੇਰੇ ਵਿੱਚ ਆਇਆ ਉਸ ਤੋਂ 15 ਦਿਨ ਪਹਿਲਾਂ ਜਾਂ 18 ਦਿਨ 18ਵਾਂ ਦਿਨਾਂ 'ਚ ਹੋ ਗਿਆ ਆ, 18 ਦਿਨ ਪਹਿਲਾਂ ਮੇਰੇ ਮਨ 'ਚ ਆਇਆ ਕਿ ਅਗਰ ਇਹਨਾਂ ਦੇ ਵਿੱਚੋਂ ਸਾਡੇ ਜਿਹੜੇ ਦਰਖਤ ਵੱਢੇ ਆ ਇਹਨਾਂ ਵਿੱਚੋਂ ਖੂਨ ਨਿਕਲਦਾ ਹੁੰਦਾ ਜਾਂ ਜਿੰਨਾ ਪੰਜਾਬ ਦੇ ਵਿੱਚ ਪਾਣੀ ਵੇਸਟ ਕੀਤਾ ਜਾਂਦਾ ਆ ਉਹ ਬੋਲਦੇ ਹੁੰਦੇ ਤਾਂ ਇੱਥੇ ਰੋਜ਼ ਰੁਧਾਵਲੀ ਹੋਣੀ ਸੀ, ਕਿਉਂਕਿ ਪਾਣੀ ਬੋਲ ਨਹੀਂ ਸਕਦਾ, ਸਾਨੂੰ ਪੇੜਾਂ ਵਿੱਚੋਂ ਜਦੋਂ ਆਪਾਂ ਕੱਢਦੇ ਇਹਨਾਂ 'ਚ ਖੂਨ ਨਿਕਲਦਾ ਹੋਇਆ ਦੇਖਦਾ ਨਹੀਂ ਹੈਗਾ, ਜਿਹਦੇ ਕਰਕੇ ਸਾਨੂੰ ਇਹਨਾਂ ਦੀ ਫੀਲਿੰਗਸ ਸਮਝ ਨਹੀਂ ਆਉਂਦੀ ਹੈਗੀ। ਹੈ ਨਾ, ਅਗਰ ਇਹ ਇਹਨਾਂ 'ਚੋਂ ਖੂਨ ਨਿਕਲਦਾ ਤਾਂ ਮੈਂ ਸੋਚਦਾ ਕਿ ਪੰਜਾਬ ਦੀਆਂ ਸੜਕਾਂ ਦੇ ਉੱਤੇ ਖੂਨ ਦੀਆਂ ਲਹਿਰਾਂ ਹੋਣੀਆਂ ਸੀਗੀਆਂ। ਹਾਂਜੀ, ਜਿਵੇਂ ਕਿ ਆਪਾਂ ਦੇਖ ਪਾ ਰਹੇ ਹਾਂ ਇੱਥੇ ਕਾਫੀ ਰੁੱਖ ਜਿਹੜੇ ਹੈਗੇ ਕਤਲ ਕੀਤੇ ਗਏ ਨੇ। ਮੈਂ ਕਤਲ ਇਸ ਕਰਕੇ ਕਹਿ ਰਿਹਾ ਕਿਉਂਕਿ ਇਹ ਵੀ ਸਾਹ ਲੈਂਦੇ ਨੇ ਔਰ ਦੂਜਾ ਆਪਾਂ ਨੂੰ ਸਾਹ ਜਿਹੜਾ ਹੈਗਾ ਪ੍ਰੋਵਾਈਡ ਕਰਦੇ ਨੇ, ਜਿਹੜੀ ਇਸ ਵੇਲੇ ਆਪਾਂ ਆਕਸੀਜਨ ਇਨਟੇਕ ਕਰ ਰਹੇ ਹੈਗੇ ਉਹ ਇਹਨਾਂ ਰੁੱਖਾਂ ਦੀ ਬਦੌਲਤ ਹੈਗੀ ਹੈ। ਜੇਕਰ ਇਹ ਰੁੱਖ ਹੀ ਨਹੀਂ ਰਹਿਣਗੇ ਤਾਂ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਏਗਾ? ਮੇਨ ਮੇਰਾ ਮੋਟਿਵ ਪ੍ਰੋਟੈਸਟ ਕਰਨ ਦਾ ਇਹੀ ਹੈਗਾ ਆ, ਚਲੋ ਸਾਡੇ ਜਿਹੜੇ ਮਾਪੇ ਹੈਗੇ ਆ ਜਾਂ ਮੇਰੇ ਜਿਹੜੇ ਦਾਦੇ ਪੜਦਾਦੇ ਹੈਗੇ, ਮੇਰੇ ਦਾਦੇ ਪੜਦਾਦਿਆਂ ਨੇ ਮੇਰੇ ਮਾਪਿਆਂ ਨੂੰ ਇੱਕ ਸ਼ੁੱਧ ਹਵਾ ਦਿੱਤੀ, ਸ਼ੁੱਧ ਪਾਣੀ ਦਿੱਤਾ, ਸ਼ੁੱਧ ਕੁਦਰਤ ਦਿੱਤੀ ਪੰਜਾਬ ਦੇ ਵਿੱਚ, ਪਰ ਸਾਡੇ ਮਾਪਿਆਂ ਨੇ ਉਹਨਾਂ ਨੂੰ ਸੰਭਾਲ ਲਿਆ ਨਹੀਂ, ਸਾਰਾ ਬਰਬਾਦ ਕਰ ਛੱਡਿਆ। ਅਤੇ ਅਸੀਂ ਹੁਣ ਸਾਡੀ ਰਿਸਪੋਂਸੀਬਿਲਿਟੀ ਹੈਗੀ ਆ ਅਸੀਂ ਦੁਬਾਰਾ ਤੋਂ ਇਹਨੂੰ ਹਰਿਆ ਭਰਿਆ ਕਰੀਏ, ਅਤੇ ਇਸ ਕਰਕੇ ਹੀ ਇੱਥੇ ਖੜ੍ਹੇ ਆ ਕਿ ਆਉਣ ਵਾਲੀ ਜਨਰੇਸ਼ਨ ਸਾਨੂੰ ਨਾ ਕੋਸੇ ਕਿ ਤੁਸੀਂ ਸਾਡੇ ਵਾਸਤੇ ਕੀ ਬਚਾ ਕੇ ਰੱਖਿਆ। ਹੈ ਨਾ, ਅਤੇ ਅਗਲੀ ਮੈਂ ਗੱਲ ਦੱਸਦਾ ਇਹਨਾਂ ਦੀ, ਪੰਜਾਬ ਦੀ ਫੋਰੈਸਟ ਕਵਰ ਏਰੀਆ ਜਿਹੜਾ ਹੈਗਾ ਆ ਇਸ ਟਾਈਮ 11.63% ਵਾ, ਜਦਕਿ ਇੱਕ ਇਕੋਲੋਜੀਕਲ ਬੈਲੈਂਸ ਵਾਸਤੇ ਸਾਨੂੰ 33% ਫੋਰੈਸਟ ਕਵਰ ਏਰੀਆ ਪੰਜਾਬ 'ਚ ਚਾਹੀਦਾ ਆ। ਅਤੇ ਇੱਕ ਪਾਸੇ ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਇਹਨਾਂ ਨੇ ਇੱਕ ਐਪ ਲਾਂਚ ਕੀਤੀ ਆਈ ਹਰਿਆਲੀ, ਜਿਸ ਦੇ ਵਿੱਚ ਇਹਨਾਂ ਨੇ 10 ਬੂਟੇ ਡੇਲੀ 'ਤੇ ਇੱਕ ਬੰਦੇ ਨੂੰ ਦੇਣੇ ਸ਼ੁਰੂ ਕੀਤੇ। ਅਤੇ ਇੱਕ ਪਾਸੇ ਇਹਨਾਂ ਨੇ ਸੁਲਤਾਨਪੁਰ ਦੇ ਵਿੱਚ ਇੱਕ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ, ਗੁਰੂ ਨਾਨਕ ਪਵਿੱਤਰ ਜੰਗਲ ਦੇ ਨਾਮ ਦਾ ਇੱਕ ਪਿੰਡ ਵਸਾਇਆ, ਜਿਹਦੇ ਵਿੱਚ ਇਹਨਾਂ ਨੇ ਕੁਦਰਤੀ ਜਿੰਨੇ ਵੀ ਸਾਡੇ ਪੇੜ ਸੀਗੇ ਉਹ ਲਗਾਏ ਉੱਥੇ। ਇੱਕ ਸਾਈਡ 'ਤੇ ਇਹ ਪੇੜ ਲਗਾਉਂਦੇ, ਦੂਸਰੇ ਪਾਸੇ ਇਹ ਉਹਨਾਂ ਦਾ ਕਤਲ ਵੀ ਕਰੀ ਜਾਂਦੇ ਆ। ਸੋ ਇਹ ਬਹੁਤ ਹੀ ਜ਼ਿਆਦਾ ਗਲਤ ਗੱਲ ਆ, ਇਹਨਾਂ ਨੂੰ ਇਹ ਚੀਜ਼ ਰੋਕਣੀ ਚਾਹੀਦੀ ਆ। ਜੇ ਡਿਵੈਲਪਮੈਂਟ ਹੀ ਕਰਨੀ ਸੀਗੀ ਇਹਨਾਂ ਨੇ, ਇਹ ਜਿਹੜੇ ਪੇੜ ਹੈਗੇ ਆ ਇਹਨਾਂ ਨੂੰ ਕੱਟਣ ਦੇ ਬਜਾਏ ਇਹਨਾਂ ਨੂੰ ਟਰਾਂਸਪਲਾਂਟ ਕਰ ਸਕਦੇ ਸੀ ਸਰਕਾਰੀ, ਇਹਨਾਂ ਕੋਈ ਇੰਨੀ ਜਗ੍ਹਾ ਹੈਗੀ ਆ, ਕੱਟਣ ਦੀ ਕੀ ਲੋੜ ਸੀ ਇਹਨਾਂ ਨੂੰ, ਟਰਾਂਸਪਲਾਂਟ ਕਰ ਸਕਦੇ ਅਤੇ ਜਾਂ ਇਹਨਾਂ ਨੂੰ ਰੀਪਲਾਂਟ ਕਰਦੇ। ਸੁਪਰੀਮ ਕੋਰਟ ਦੀਆਂ ਜਿਹੜੀਆਂ ਹਦਾਇਤਾਂ ਹੈਗੀਆਂ ਆ
उन्होंने कहा आ जे तुसी डिवेलपमेंट करनी है तो तुसी पेड़ नहीं कट सकते हैगे इनू या तो फिर इतों ट्रांसप्लांट करो या तो इनू रीप्लांट करो कि जिन्नी उम्र का पेड़ हैगा आ उन्नी ही उम्र का कितने पेड़ लगाओ उ तो ये कटना नहीं है पर फिर भी इतने कतल किया जाता है मतलब कि पेड़ का अभी अपनी कुदरत कि सामभते पे मैं पंजाब सरकार तो ही पूछना चाहता हाँ तो अग बहुत साल पहला की गल हैगी मेरे हिसाब न 2001 की हैगी इन्होंने की किया जापान तो लोन लिया 630 करोड़ का जिदे इन्होंने जीरकपुर तो बठिंडा के 96,000 के लागे पेड़ लगाए उस टाइम के उत्ते पेड़ लगाते इन्होंने उस तो 10 साल बाद डिवेलपमेंट के नाम के उत्ते उ पेड़ जड़े आ वढ़ दिते गए हले 10 साल हुए से 10 साल बाद एक जड़ा बूटा हुंदा आ ਉਹ ਆਪਣਾ ਸਹੀ ਜਿਹੜਾ ਇਹ ਬੈਨੀਫਿਟ ਜਿਹੜਾ ਇਨਸਾਨ ਨੂੰ ਦੇਣਾ ਸ਼ੁਰੂ ਕਰਦਾ ਆ ਅਤੇ ਅਸੀਂ 10 ਸਾਲ ਹੋਣ ਵੀ ਦਿੱਤੇ ਪਹਿਲਾਂ ਅਸੀਂ ਲੋਨ ਲੈ ਲਿਆ ਉਹ ਸਾਡੀਆਂ ਜੇਬਾਂ ਵਿੱਚੋਂ ਗਿਆ ਅਤੇ ਉਹੀ ਇਹਨਾਂ ਨੇ ਚੱਕ ਕੇ ਬਾਅਦ 'ਚੋਂ ਕੱਢ ਦਿੱਤੇ ਸਾਡਾ ਹੀ ਪੈਸਾ ਬਰਬਾਦ ਗਿਆ ਪੰਜਾਬ ਸਰਕਾਰ ਦਾ ਥੋੜ੍ਹੀ ਨਾ ਗਿਆ ਹੈਗਾ ਆ ਸੋ ਦੁੱਖ ਹੈਗਾ ਆ ਕਿ ਤੁਸੀਂ ਪੇੜ ਵੀ ਇੱਕ ਸਾਈਡ 'ਤੇ ਵੱਢਦੇ ਪਏ ਹੋ ਅਤੇ ਨੁਕਸਾਨ ਸਾਡੇ ਪੰਜਾਬ ਦਾ ਇੰਨਾ ਜ਼ਿਆਦਾ ਕਰਦੇ ਪਏ ਹੋ ਬੇਨਤੀ ਹੈ ਕਿ ਪੰਜਾਬ ਦਾ ਨੁਕਸਾਨ ਨਾ ਕਰੋ ਪੇੜਾਂ ਨੂੰ ਨਾ ਕੱਟੋ ਇਹਨਾਂ ਨੂੰ ਟ੍ਰਾਂਸਪਲਾਂਟ ਕੀਤਾ ਜਾਵੇ ਇੱਥੋਂ ਚੱਕ ਕੇ ਕਿਤੇ ਹੋਰ ਸਰਕਾਰੀ ਥਾਂ ਦੇ ਉੱਤੇ ਲਗਾਇਆ ਜਾਵੇ ਅੱਛਾ ਇਹਦੇ ਰਿਗਾਰਡਿੰਗ ਤੁਸੀਂ ਕਿਸੇ ਡਿਪਾਰਟਮੈਂਟ ਨਾਲ ਪੱਤਰਾਚਾਰ ਵੀ ਕੀਤਾ ਆ ਨਹੀਂ ਮੈਂ ਕਿਸੇ ਨਾਲ ਨਹੀਂ ਕੀਤਾ ਮੈਨੂੰ ਪਤਾ ਕਿ ਇਹ ਸਭ ਕਾਨੂੰਨੀ ਚੱਲਦਾ ਪਿਆ ਆ ਇਹਨਾਂ ਨੇ ਜੋ ਵੀ ਆਪਣੀ ਪਰਮਿਸ਼ਨ ਲੈ ਕੇ ਹੀ ਇਹ ਕੰਮ ਕਰਦੇ ਪਏ ਆ ਜੇ ਕੱਟਣ ਦਾ ਵੀ ਕਰਦੇ ਪਏ ਆ ਵਨ ਵਿਭਾਗ ਤੋਂ ਇਹਨਾਂ ਨੇ ਲਈ ਹੋਣੀ ਜਿਹੜੇ ਕੋਈ ਪ੍ਰਾਈਵੇਟ ਠੇਕਾ ਆ ਸੋ ਮੇਰਾ ਮੇਨ ਮੋਟਿਵ ਇਹੀ ਹੈਗਾ ਕਿ ਯੂਥ ਸਾਡੇ ਨਾਲ ਖੜਾ ਹੋਵੇ ਆ ਕੇ ਇੱਥੇ ਅਤੇ ਸੋਸ਼ਲ ਮੀਡੀਆ 'ਤੇ ਜਾਂ ਤੁਹਾਡੇ ਨਿਊਜ਼ ਚੈਨਲ ਦੇ ਰਾਹੀਂ ਜਿੰਨੇ ਵੀ ਲੋਕ ਸੁਣਦੇ ਪਏ ਆ ਪੰਜਾਬ ਦੇ ਇਸ ਚੀਜ਼ ਦੀ ਆਵਾਜ਼ ਬੁਲੰਦ ਹੋਵੇ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਤਾਂ ਕਿ ਇੱਕ ਨਵੀਂ ਲਹਿਰ ਉੱਠੇ ਕਿ ਅਸੀਂ ਜਿਹੜੀ ਡਿਫੋਰੈਸਟੇਸ਼ਨ ਪੰਜਾਬ ਦੇ ਵਿੱਚ ਹੋ ਰਹੀ ਆ ਜਾਂ ਪੂਰੇ ਦੇਸ਼ ਦੇ ਵਿੱਚ ਹੋ ਰਹੀ ਆ ਇਹਨੂੰ ਰੋਕਿਆ ਜਾਵੇ ਅਤੇ ਸਰਕਾਰ ਤੱਕ ਵੀ ਗੱਲ ਪਹੁੰਚੇ ਕਿ ਇਹਨਾਂ ਨੂੰ ਕੱਟਣ ਦੀ ਬਜਾਏ ਇਹਨਾਂ ਨੂੰ ਟ੍ਰਾਂਸਪਲਾਂਟ ਕੀਤਾ ਜਾਵੇ ਅਤੇ ਬਹੁਤ ਵਧੀਆ ਹੋਏਗਾ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਬਿਮਾਰੀਆਂ ਵੀ ਵਧਣਗੀਆਂ ਅਤੇ ਇੱਥੇ ਰੁਦਾਵਲੀ ਵੀ ਆਏਗੀ ਇਸ ਵੇਲੇ ਤੁਹਾਡੀ ਮੁਹਿੰਮ ਦੇ ਨਾਲ ਕਿੰਨੇ ਕੁ ਲੋਕ ਜੁੜ ਚੁੱਕੇ ਨੇ ਜੀ ਪਹਿਲੇ ਦਿਨ ਦੀ ਗੱਲ ਕਰਾਂ ਤਾਂ ਪਹਿਲੇ 4-5 ਦਿਨ ਦੇ ਆ 10 ਦਿਨ ਲਾ ਲਓ ਕੋਈ ਵੀ ਨਹੀਂ ਸੀਗਾ ਮੇਰੇ ਨਾਲ ਮੈਂ ਇਕੱਲਾ ਹੀ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਵਗੈਰਾ ਅਪਲੋਡ ਕਰਦਾ ਰਿਹਾ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਉੱਥੋਂ ਵੀ ਕਾਫੀ ਜਾਣੇ ਮੇਰੇ ਨਾਲ ਜੁੜਨੇ ਸ਼ੁਰੂ ਹੋਏ ਦੈਨ ਇੱਥੋਂ ਰਾਜ ਆਉਂਦੇ ਜਾਂਦੇ ਲੋਕ ਸੀ ਜਦੋਂ ਦੇਖਦੇ ਸੀਗੇ ਕਿ ਮੈਂ ਇੱਥੇ ਖੜ੍ਹਾ ਪਿਆ ਧੁੱਪ ਦੇ ਵਿੱਚ ਇੰਨੀ ਅਤੇ ਉਹਨਾਂ ਨੇ ਵੀ ਮੈਨੂੰ ਐਪਰੀਸ਼ੀਏਟ ਕੀਤਾ ਅਤੇ ਦੈਨ ਉਹ ਵੀ ਮੇਰੇ ਨਾਲ ਅੱਜ ਖੜ੍ਹੇ ਹੋਏ ਆ ਕਿ ਹੁਣ ਡੇਲੀ ਦੇ ਡੇਲੀ ਪਿਛਲੇ 7-8 ਦਿਨ 4-5 ਦਿਨ ਤੋਂ ਮੈਂ ਗੱਲ ਕਰਾਂ ਅਤੇ ਮੇਰੇ ਨਾਲ 10 ਜਾਂ 12 ਬੰਦੇ ਰੋਜ਼ ਆ ਕੇ ਖੜ੍ਹੇ ਹੁੰਦੇ ਆ ਸਕੂਲ ਦੇ ਬੱਚੇ ਹੈਗੇ ਆ ਅਤੇ ਇਹ ਵੀ ਖੜ੍ਹੇ ਹੋਏ ਆ ਅਤੇ ਹੋਰ ਯੂਥ ਜਿਹੜਾ ਹੈਗਾ ਆ ਕਾਲਜ ਦਾ ਅਤੇ ਉਹ ਵੀ ਆ ਕੇ ਇੱਥੇ ਖੜ੍ਹਾ ਹੁੰਦਾ ਆ ਜੇ ਦੇਖਿਆ ਜਾਵੇ ਤਾਂ ਸੜਕ ਦੇ ਪਾਰ ਜਿਹੜਾ ਹੈਗਾ ਇੱਕ ਬਹੁਤ ਵੱਡਾ ਵਿੱਦਿਆ ਮੰਦਿਰ ਹੈ ਪੰਜਾਬ ਦੀ ਟੈਕਨੀਕਲ ਯੂਨੀਵਰਸਿਟੀ ਹੈਗੀ ਆ ਉੱਥੋਂ ਕਿੱਦਾਂ ਦਾ ਸਪੋਰਟ ਮਿਲ ਰਿਹਾ ਤੁਹਾਨੂੰ ਉੱਥੋਂ ਵੀ ਆਉਂਦੇ ਆ ਜਿਹੜੇ ਹੋਸਟਲ ਵਿੱਚ ਕੁਝ ਬੱਚੇ ਹੈਗੇ ਆ ਜਾਂ ਇੱਥੇ ਆਉਂਦੇ ਆ ਪੜ੍ਹਨਾ ਦੇ ਜਿਹੜੇ ਉਹ ਵੀ ਬੱਚੇ ਆ ਜਾਂਦੇ ਆ ਬੈਨਰ ਫੜ ਕੇ ਇੱਥੇ ਲੋਕਾਂ ਨੂੰ ਇੱਕ ਮੈਸੇਜ ਦੇ ਰਹੇ ਆ ਮੇਰੇ ਨਾਲ ਕਿ ਇਹਨਾਂ ਨੂੰ ਕੱਟਣ ਤੋਂ ਰੋਕਿਆ ਜਾਵੇ ਇਹਨਾਂ ਨੂੰ ਜੇ ਡਿਵੈਲਪਮੈਂਟ ਕਰਨੀ ਹੈ ਤਾਂ ਇਹਨਾਂ ਨੂੰ ਟ੍ਰਾਂਸਪਲਾਂਟ ਕੀਤਾ ਜਾਵੇ ਇੱਥੋਂ ਸਾਡੇ ਨਾਲ ਇੱਥੇ ਕੁਝ ਹੋਰ ਲੋਕ ਮੌਜੂਦ ਨੇ ਅੱਛਾ ਤੁਸੀਂ ਦੱਸੋ ਤੁਹਾਡੇ ਦਿਲਾਂ ਦੇ ਅੰਦਰ ਕਿੰਨਾ ਕੁ ਦੁੱਖ ਹੈਗਾ ਇਸ ਪ੍ਰਤੀ ਬਹੁਤ ਦੁੱਖ ਹੈਗਾ ਵਾ ਕਿਉਂਕਿ ਇਹ ਸਾਨੂੰ ਆਕਸੀਜਨ ਪ੍ਰੋਵਾਈਡ ਕਰਦੇ ਹੈਗੇ ਆ ਜਿਸ ਕਰਕੇ ਅਸੀਂ ਜਿਉਂਦੇ ਹੈਗੇ ਆ ਜੇ ਅਸੀਂ ਇਹਨਾਂ ਨੂੰ ਵੱਢ ਦੇਵਾਂਗੇ ਤਾਂ ਇੱਥੇ ਬਿਮਾਰੀਆਂ ਫੈਲ ਜਾਣਗੀਆਂ ਨਾ ਸਾਡੇ ਕੋਲ ਸਾਹ ਲੈਣ ਵਾਸਤੇ ਹਵਾ ਹੋਏਗੀ ਸ਼ੁੱਧ ਨਾ ਸਾਨੂੰ ਫੂਡ ਵੀ ਪ੍ਰੋਵਾਈਡ ਕਰਦੇ ਹੈਗੇ ਨਾ ਸਾਨੂੰ ਖਾਣ ਨੂੰ ਕੋਈ ਚੱਜ ਦਾ ਮਿਲੇਗਾ ਡੇ ਬਾਈ ਡੇ ਪੋਲਿਊਸ਼ਨ ਜਿਹੜਾ ਹੈਗਾ ਵੱਧਦਾ ਜਾ ਰਿਹਾ ਹੈ ਔਰ ਰੁੱਖ ਜਿਹੜੇ ਹੈਗੇ ਕਾਫੀ ਹੱਦ ਤੱਕ ਸਹਾਇਕ ਸੀਗੇ ਵੀ ਆਪਣੇ ਤੱਕ ਜਿਹੜੀ ਹਵਾ ਪਹੁੰਚ ਰਹੀ ਹੈ ਉਹਨੂੰ ਸਾਫ਼ ਕਰਨ ਦੇ ਵਿੱਚ ਮਦਦਗਾਰ ਸਾਬਤ ਹੁੰਦੇ ਸੀਗੇ ਪਰ ਇਹ ਹੁਣ ਡੇ ਬਾਈ ਡੇ ਜਿਸ ਤਰ੍ਹਾਂ ਸਰਕਾਰੀ ਕੰਟਰੈਕਟਰ ਜਾਂ ਆਪਾਂ ਪ੍ਰਾਈਵੇਟ ਕੰਟਰੈਕਟਰ ਕਹਿ ਲਈਏ ਵੀ ਇਹ ਰੁੱਖ ਵੱਢਦੇ ਜਾ ਰਹੇ ਨੇ ਕੀ ਇਹਨਾਂ ਦੇ ਦਿਲਾਂ ਦੇ ਵਿੱਚ ਦਰਦ ਨਹੀਂ ਹੈਗਾ ਡਿਵੈਲਪਮੈਂਟ ਜ਼ਰੂਰੀ ਹੈਗੀ ਆ ਪਰ ਇਹ ਨਹੀਂ ਅਸੀਂ ਇੱਕ ਮਤਲਬ ਇੱਕ ਨੂੰ ਸਹੀ ਕਰਨ ਵਾਸਤੇ ਦੂਜੇ ਨੂੰ ਖਰਾਬ ਕੀਤਾ ਜਾਵੇ ਅਗਰ ਇਹ ਸਰਕਾਰ ਤਰੱਕੀ ਕਰਨ ਨਹੀਂ ਚਾਹੁੰਦੀ ਹੈਗੀ ਆ ਅਸੀਂ ਇਹ ਪੇੜ ਨੂੰ ਕਿਸੇ ਹੋਰ ਸ਼ਿਫਟ ਕਰ ਸਕਦੇ ਹੈਗੇ ਆ ਅਤੇ ਉਹਨਾਂ ਦੇ ਮੈਨੂੰ ਲੱਗਦਾ ਹੈਗਾ ਉਹਨਾਂ ਦੇ ਦਿਲਾਂ 'ਚ ਦੁੱਖ ਹੈਗਾ ਵਾ ਜੇ ਹੁੰਦਾ ਤਾਂ ਆਹ ਅੱਜ ਸਾਨੂੰ ਨਾ ਦੇਖਣ ਨੂੰ ਮਿਲਦਾ ਸਾਡੇ ਨਾਲ ਕੁਝ ਇੱਥੇ ਕਾਨੂੰਨ ਦੇ ਰੱਖਿਆ ਕੋਈ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਛਾ ਸਰ ਤੁਸੀਂ ਵੀ ਦੇਖ ਪਾ ਰਹੇ ਹੋ ਕਾਨੂੰਨ ਦੀ ਰੱਖਿਆ ਲਈ ਤੁਸੀਂ ਹਰ ਵੇਲੇ ਤਤਪਰ ਰਹਿੰਦੇ ਹੋ ਇੱਥੇ ਕਾਨੂੰਨ ਦੇ ਨਾਮ 'ਤੇ ਹੀ ਡਿਵੈਲਪਮੈਂਟ ਦੇ ਨਾਮ 'ਤੇ ਜਿਹੜਾ ਇੱਥੇ ਘਾਣ ਹੋ ਰਿਹਾ ਵੱਡੇ ਤੌਰ 'ਤੇ ਦਰਖਤ ਵੱਢੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਦੇਖੋ ਇਹਦੇ ਵਿੱਚ ਮੇਰੀ ਗੱਲ ਜੋ ਐਕਸੀਡੈਂਟ ਹੋਈ ਸੀ ਉਹਦੇ 'ਚ ਐਕਸੀਡੈਂਟ ਜਿਹੜੇ ਆਪਣਾ PWD ਦੇ ਹੈਗੇ ਆ ਜਿਨ੍ਹਾਂ ਨੇ ਰੋਡ ਡਿਵੈਲਪਮੈਂਟ ਕਰ ਰਹੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਇਹਦੇ ਇੱਕ ਪੈਸੇ ਜਮ੍ਹਾਂ ਹੁੰਦੇ ਆ ਪਹਿਲਾਂ ਇਹਨਾਂ ਦੀ ਅਸੈਸਮੈਂਟ ਹੁੰਦੀ ਪੇੜਾਂ ਦੀ ਫੋਰੈਸਟ ਡਿਪਾਰਟਮੈਂਟ ਅਸੈਸਮੈਂਟ ਕਰਕੇ ਦਿੰਦਾ ਵਾ ਕਿ ਕਿੰਨੇ ਕਿੰਨੇ ਲੱਖ ਜਾਂ ਕਿੰਨੇ ਕਰੋੜ ਦੇ ਪੇੜ ਨੇ
और उस तो बाद वो पैसा जोड़ा वा PWD डिपार्टमेंट या सड़क डिपार्टमेंट इनू फॉरैसट डिपार्टमेंट जमा कराना पैंता वा। फिर इसी कीमत के जोड़े पेड़ आरैस डिपार्टमेंट कितने होर लाएगा उन्होंने जो तक ये डिवेलपमेंट नहीं होते उत्ते 20 साल तक नहीं होते उदों तक का खर्चा भी जोड़ा वा वो PWD डिपार्टमेंट को देना पैंता वा। ये उन्होंने मैंने दसिया इस हिसाब से असं कर रहे उन्होंने पेमेंट कर चुके हैं। पर देखने वाली गल यह कि देखो फॉरैसट डिपार्टमेंट में चाहिए क्योंकि इस वे इनवायरमेंट जोड़ा वा पिछले 20 साल तो बदल गया। ये 20 साल पुराने पेड़ ने उदो इनवायरमेंट की सगा जिद करके पेड़ एडे वे हो गए और अगले 20 साल इनवायरमेंट कि एक जिदा बदल रहा है वा अगे 20 साल इनवायरमेंट बदल जाना वा तो आप उम्मीद करा कि एडे पेड़ 20 साल हो जाएंगे पॉसीबल ही नहीं है। इस करके मेरी जो मैं जो राय देना चाहना यही है कि जिदा आप यूट्यूब पर भी देखा या विदेशों भी देखा है हरे भरे पेड़ों उतों पट के दूजी थान लाता जाता वा। मैं ये नहीं कहता कि सरकार विकास ना करन विकास करन पर जिहड़ियां अदालतां ने वो इस ओर ध्यान देन कि कृपा करके ये जिहड़े हरे भरे पेड़ आ इन्हां नूं कट्टन की बजाए इन्हां नूं जे नैशनल ग्रीन ट्रिब्यूनल आ वो ये कोशिश करे कि इन्हां नूं कट्टन की बजाए वो नवें थान ते इन्हां नूं रीप्लांट करन कुछ क्योंकि इन्हां जड़ां जिहड़ियां दुबारा जदों इन्हां मिट्टी जिहड़ी आ विच्चों पट के सारी दीवार तों उत्थे अगले पासे लाता जाएगा कुछ समय बाद पेड़ ने फिर हरा भरा हो जाना तो ये बैटर ज़्यादा ऑप्शन हैगी बकायदा उन्होंने कट्टन नालों। तो इस करके साडा मानना यही आ असी यही चाहते हाँ कि ये जिहड़े प्ला पेड़ ने उन्हां दी जिहड़ी आ जे NRI के जिहड़े वीर ने जे किसी एक बंदे दी जान बचाण वास्ते इन्नियां वड्डियां एंबूलेंसां दान कर सकते ने जिहड़े ICU दान कर सकते ने कि इन्हां च पेड़ां जान नहीं हैगी इन्हां वास्ते भी वो मशीनां दान कर देन सरकारां बनान मशीनां हर जिले के एक मशीन होवे जिहड़ा फॉरैसट डिपार्टमेंट आ वो हर जिले के एक मशीन रखे अपने को जिदा आप फायर ब्रिगेड दी मशीनां रखते हैं उदा इदा दी मशीन रखे जिथे डिवेलपमेंट आ पेड़ कट्टना जाने आ उत्थों नूं पेड़ नूं पट के दूजे थां ला दिओ। जिवें कि तुसीं देख पा रहे हो मेरे पिछे आह कुछ रुख वड्डे होए ने इह सिर्फ कुछ ही रुख नहीं हैगे बल्कि काफ़ी वड्डी तादाद दे विच इह रुख वड्डे गए ने। जेकर आपां सिरे तक नज़र मारीए तां हजे भी लगातार जिहड़ा हैगा कॉन्ट्रैक्टर वल्लों इह रुख वड्डे जा रहे आ। जे सरकारी आंकड़िया की गल करिए इन रुखों की प्लांटेशन इन्नी नहीं हो पाई है जिनी क इस वेले इन रुखों को वढ़न की तादाद च वाधा होया पाया है। और जे आप देखिए तो पंजाब दे विच या भारत दे विच इस वेले गर्मी के जड़े आंकड़े हैगे वो दिन ब दिन वधदे जा रहे हैं और जिस दे लई बहुत सारिया संस्थावां इस वेले विचार अधीन हैगियां ने और लगातार इस विचार च हैगियां ने कि किस तरह जिहड़ा धरती दे उत्ते इस वेले तापमान वधदा पिया उसनू किस तरह कंट्रोल किया जाए। जेकर इसे तरह डिवेलपमेंट के नाम से इन्हां रुखां की कटाई हुंदी रही तां आने वाले दिनों दे विच हो सकदा है कि यह तापमान हदों वध हो जाए कि लोगों का जिहड़ा हैगा घरों बाहर निकलना ही मुहार हो जाए। मैं नीरज कैमरामैन चिराग दे नाल सांझा मुद्दा। सत श्री अकाल दोस्तों, मैं तुहाडा अपना फिरोज़ खान हक सच दा सांझा मुहाज सांझा मुद्दा चैनल नूं तुसी सारयां ने सबसक्राइब करना और बहुत सारा प्यार देना लाइक करना शेयर करना।